ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਐਂਡ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਇਸ ਵੀਡੀਓ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅੱਗੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਜੀ ਮੈਂ ਤੁਹਾਡੇ ਲਈ ਚਾਰ ਸੂਟ ਲੈ ਕੇ ਆਈ ਹਾਂ ਤਿੰਨ ਤਾਂ ਹੈਂਡ ਵਰਕ ਨੇ ਇੱਕ ਮਸ਼ੀਨ ਵਰਕ ਹੈ ਉਹਦੇ ਨਾਲ ਅਸੀਂ ਜਿਹੜਾ ਬੋਟਮ ਲਗਾਇਆ ਪਲੇਨ ਲਗਾਇਆ ਜਿਹੜੀ ਸ਼ਰਟ ਲਗਾਈ ਉਹ ਬ੍ਰਾਸੋ ਵੈਲਵਟ ਦੀ ਲਾਈ ਆ ਉਹ ਸਾਡੇ ਕੋਲ ਇੱਕ ਰੈਡੀ ਪੀਸ ਪਿਆ ਹੈ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਕਿਉਂਕਿ ਹੁਣ ਲਾਸਟ ਪੀਸ ਹੀ ਰਹਿ ਗਏ ਜੀ ਇਹਦੇ ਨਾਲ ਦਾ ਪੀਸ ਮੇ ਬੀ ਆਪਾਂ ਨੂੰ ਨਾ ਮਿਲੇ ਸੋ ਸਾਡੇ ਕੋਲ ਲਾਸਟ ਪੀਸ ਹੀ ਅਵੇਲੇਬਲ ਆ ਤਾਂ ਤੁਸੀਂ ਇਹਨਾਂ ਨੂੰ ਸਕਰੀਨਸ਼ਾਟ ਕਰਕੇ ਇਹਨਾਂ ਦੇ ਪ੍ਰਾਈਸਿਸ ਵੀ ਜਾਣ ਸਕਦੇ ਹੋ ਜੇ ਤੁਸੀਂ ਇਹ ਬਾਏ ਕਰਨਾ ਚਾਹੁੰਦੇ ਹੋ ਕਰ ਵੀ ਸਕਦੇ ਹੋ ਅਤੇ ਸਾਡਾ ਜਿਹੜਾ ਨੰਬਰ ਹੈ ਉਹ ਸਕਰੀਨ ਦੇ ਉੱਤੇ ਹਮੇਸ਼ਾ ਪਿੰਨ ਹੁੰਦਾ ਹੈ ਤੁਸੀਂ ਉੱਥੇ ਜਾ ਕੇ ਪਿੱਕ ਕਰ ਸਕਦੇ ਹੋ ਅਤੇ ਸਕਰੀਨਸ਼ਾਟ ਲੈ ਕੇ ਸਾਡੇ ਨਾਲ ਵਟਸਐਪ 'ਤੇ ਗੱਲ ਕਰ ਸਕਦੇ ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਇਹਨਾਂ ਸ਼ਿਮਰ ਦਾ ਅੱਜ ਕੱਲ੍ਹ ਸ਼ਿਮਰ ਬਹੁਤ ਟ੍ਰੈਂਡ 'ਚ ਚੱਲ ਰਹੀ ਹੈ ਜੀ ਅਤੇ ਬੜਾ ਲਾਈਟ ਜਿਹਾ ਪੀਸ ਹੈ ਇਹ ਇੰਨਾ ਹੈਵੀ ਪੀਸ ਨਹੀਂ ਹੈਗਾ ਹੈਗਾ ਹੈਂਡ ਵਰਕ ਦਾ ਅਤੇ ਪੀਚ ਹੈ ਇਹਦਾ ਕਲਰ ਪੀਚ ਹੈ ਇੱਕ ਇਹਦੇ ਵਿੱਚ ਇਹ ਹੈ ਜੀ ਜਿਹੜਾ ਕਲਰ ਆਪਾਂ ਐਗਜੈਕਟ ਮੰਗਦੇ ਹਾਂ ਉਹ ਐਗਜੈਕਟ ਕਲਰ ਕਦੇ ਵੀ ਇਹਦੇ ਸ਼ਿਮਰ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਆਹ ਦੇਖੋ ਇਹਦੇ ਵਿੱਚ ਦੋ ਤਿੰਨ ਤੈਅ ਆ ਜਦੋਂ ਲੱਗ ਜਾਂਦੀ ਹੈ ਫੇਰ ਇਹ ਦਿਖਦਾ ਆ ਇਹਦੇ ਵਿੱਚ ਜਿਹੜੀ ਗੋਲਡਨ ਟੱਚ ਹੁੰਦੀ ਹੈ ਨਾ ਉਹ ਜ਼ਿਆਦਾ ਆਉਂਦੀ ਹੈ ਜੀ ਅਸੀਂ ਇੱਕ ਹੋਰ ਵੀ ਸੂਟ ਬਣਾਇਆ ਹੈ ਅਤੇ ਉਹਦੇ ਨਾਲ ਜਿਹੜਾ ਦੁਪੱਟਾ ਕੀਤਾ ਨਾ ਉਹ ਮਹਿਰੂਨ ਕੀਤਾ ਆ ਉਹ ਵੀ ਨੈਕਸਟ ਵੀਡੀਓਜ਼ ਦੇ ਵਿੱਚ ਆਊਗਾ ਅਤੇ ਮੈਂ ਤੁਹਾਨੂੰ ਉਹਦੀ ਵੀ ਲੁੱਕ ਦਿਖਾਉਂਗੀ ਕਿਉਂਕਿ ਇੱਕ ਤਾਂ ਇਹ ਚੀਜ਼ ਹੁੰਦੀ ਹੈ ਵੀ ਆਪਾਂ ਨੂੰ ਪੂਰਾ ਮਹਿਰੂਨ ਦੇ ਰਹੀ ਹੈ ਇੱਕ ਜੇ ਆਪਾਂ ਇਹਦੇ 'ਤੇ ਮਹਿਰੂਨ ਕਰਵਾਵਾਂਗੇ ਤਾਂ ਉਹ ਗੋਲਡਨ ਟੱਚ ਰਹੂਗੀ ਤਾਂ ਇਹ ਪਲੀਜ਼ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਸ਼ਿਮਰ ਦੇ ਵਿੱਚ ਕਦੇ ਵੀ ਸੇਮ ਐਗਜੈਕਟ ਕਲਰ ਨਹੀਂ ਆਉਂਦਾ ਅਤੇ ਇੱਦਾਂ ਦਾ ਕਲਰ ਹੀ ਆਉਂਦਾ ਆ ਮੀਨਸ ਉਹਦੇ ਵਿੱਚ ਗੋਲਡਨ ਟੱਚ ਹੁੰਦਾ ਜਿਹੜਾ ਉਹ ਜ਼ਿਆਦਾ ਹੁੰਦਾ ਆ ਆਹ ਦੇਖੋ ਇਹ ਪੀਚ ਆ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ 'ਤੇ ਕਿਸੇ ਵੀ ਸ਼ਿਮਰ ਦੇ ਕਲਰ 'ਤੇ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਹਾ ਅਤੇ ਲਾਈਟ ਜਿਹਾ ਪੀਸ ਬਣਿਆ ਹੋਇਆ ਬੜਾ ਪਿਆਰਾ ਲੱਗਦਾ ਅਤੇ ਟੋਟਲੀ ਇਹ ਹੋਇਆ ਹੋਇਆ ਹੈਂਡ ਵਰਕ ਦੇ ਨਾਲ ਆਹ ਦੇਖੋ ਇਹਦੇ ਵਿੱਚ ਅਸੀਂ ਥਰੈਡ ਯੂਜ਼ ਕੀਤਾ ਹੋਇਆ ਰੈੱਡ ਦੇ ਨਾਲ ਰੈੱਡ ਬਲੱਡ ਕਲਰ ਦੇ ਨਾਲ ਅਤੇ ਫਿਰੋਜ਼ੀ ਨਾਲ ਅਤੇ ਇਹਦਾ ਛੋਟਾ ਜਿਹਾ ਨੈੱਕ ਬਣਿਆ ਹੋਇਆ ਪਰਲਸ ਦੇ ਨਾਲ ਜਿਹੜਾ ਕਿ ਬਹੁਤ ਪਿਆਰਾ ਲੱਗਦਾ ਲਾਈਟ ਜਿਹਾ ਅਤੇ ਉਹ ਪੀਸ ਹੈ ਜੀ ਆਪਾਂ ਜਿਵੇਂ ਕਹਿ ਸਕਦੇ ਹਾਂ ਐਲੀਗੈਂਟ ਜਿਹਾ ਕਿ ਆਪਾਂ ਨੂੰ ਜੇ ਇੰਨੀ ਕੁ ਵਾਰਾ ਲੁੱਕ ਚਾਹੀਦਾ ਆ ਪੈਨਲ ਆਉਂਦੇ ਆ ਸ਼ੋਲਡਰ ਤੋਂ ਲੈ ਕੇ ਨੀਚੇ ਘੇਰੇ ਤੱਕ ਤਾਂ ਇੰਨਾ ਕੁ ਵਧੀਆ ਲੱਗਦਾ ਜੇ ਤੁਸੀਂ ਇਹ ਚੀਜ਼ ਦੁਪੱਟੇ 'ਤੇ ਵੀ ਕਰਵਾਉਣਾ ਚਾਹੁੰਦੇ ਹੋ ਉਹਨਾਂ ਨੇ ਦੁਪੱਟਾ ਨਹੀਂ ਰੈਡੀ ਕਰਵਾਇਆ ਤੁਸੀਂ ਇਹ ਦੁਪੱਟੇ 'ਤੇ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵਾਲਾ ਜਿਹੜਾ ਸਾਈਡਾਂ 'ਤੇ ਤੁਸੀਂ ਦੁਪੱਟੇ 'ਤੇ ਕਰਵਾ ਸਕਦੇ ਹੋ ਇਹ ਨਹੀਂ ਕਰਵਾਉਣਾ ਤਾਂ ਸਾਈਡਾਂ 'ਤੇ ਤੁਸੀਂ ਆਹ ਵੀ ਸਿੱਪੀ ਦੇ ਨਾਲ ਵੀ ਕਰਵਾ ਸਕਦੇ ਹੋ ਅਦਰਵਾਈਜ਼ ਆ ਪਰਲਸ ਦੇ ਨਾਲ ਵੀ ਕਰਵਾ ਸਕਦੇ ਹੋ ਜਿਵੇਂ ਵੀ ਤੁਸੀਂ ਦੁਪੱਟਾ ਡਿਜ਼ਾਈਨ ਕਰਵਾਉਣਾ ਚਾਹੋ ਕਰਵਾ ਸਕਦੇ ਹੋ ਅਦਰਵਾਈਜ਼ ਇਹਦੇ ਨਾਲ ਪਲੇਨ ਵੀ ਵਧੀਆ ਲੱਗੂਗਾ ਪਲੇਨ ਲੈਸਸ ਦੇ ਨਾਲ ਡਿਜ਼ਾਈਨ ਕਰਵਾ ਲਓ ਇਹ ਹੈਗਾ ਫਰੰਟ ਦਾ ਅਤੇ ਇਹ ਹੈਗਾ ਬਾਜੂ ਆਹ ਦੇਖੋ ਬਾਜੂ 'ਤੇ ਵੀ ਬਸ ਇੰਨਾ ਕੁ ਪੀਸ ਬਣਿਆ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਿਆਰਾ ਜਿਹਾ ਪੀਸ ਹੈ ਜੀ ਤੁਸੀਂ ਇਹਨੂੰ ਸ਼ਿਮਰ ਦੇ ਉੱਤੇ ਕਰੇਵ ਦੇ ਉੱਤੇ ਜੋਰਜਟ ਦੇ ਉੱਤੇ ਰੈਡੀ ਕਰਵਾ ਸਕਦੇ ਹੋ ਮੀਨਸ ਨਾ ਜ਼ਿਆਦਾ ਐਕਸਪੈਂਸਿਵ ਅਤੇ ਨਾ ਹੀ ਜ਼ਿਆਦਾ ਕਿਉਂਕਿ ਸਟਿਚਿੰਗ ਵਗੈਰਾ ਜਦੋਂ ਹੋ ਜਾਂਦੀ ਆ ਉਹਦੇ ਵਿੱਚ ਜਦੋਂ ਆਪਾਂ ਕੁਛ ਨਾ ਕੁਛ ਐਡ ਕਰ ਦਿੰਦੇ ਹਾਂ ਨਾ ਤਾਂ ਉਹਦੇ ਨਾਲ ਉਹਦੀ ਹੋਰ ਵੀ ਲੁੱਕ ਸੋਹਣੀ ਹੋ ਜਾਂਦੀ ਹੈ ਅਤੇ ਜੇ ਤੁਸੀਂ ਇੱਦਾਂ ਦਾ ਸਿੰਪਲ ਅਤੇ ਸੋਬਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਕਰਕੇ ਇਹਦਾ ਪ੍ਰਾਈਸ ਵੀ ਜਾਣ ਸਕਦੇ ਹੋ ਅਤੇ ਤੁਸੀਂ ਸੇਮ ਐਜ਼ ਇਟ ਇਜ਼ ਬਣਾ ਵੀ ਸਕਦੇ ਹੋ ਕਲਰ ਚੋਇਸ ਤੁਹਾਡੀ ਆਪਣੀ ਹੈ ਜੀ ਕਲਰ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਇਹ ਹੈਗਾ ਪੀਚ ਸ਼ਿਮਰ ਦੇ ਵਿੱਚ ਤੁਸੀਂ ਜਿਹੜਾ ਵੀ ਮਰਜ਼ੀ ਲੈ ਸਕਦੇ ਹੋ ਇਹਦੇ ਵਿੱਚ ਕਲਰ ਨੈਕਸਟ ਸੂਟ ਹੈਗਾ ਜੀ ਚੈਰੀ ਸ਼ੇਡ ਦੇ ਵਿੱਚ ਇਹ ਹੈਗਾ ਹੈਂਡ ਵਰਕ ਦਾ ਬਹੁਤ ਪਿਆਰਾ ਜਿਹਾ ਪੀਸ ਹੈ ਜੀ ਲਾਈਟ ਜਿਹਾ ਜਿਵੇਂ ਆਪਾਂ ਆਪਣੀ ਮਦਰ ਨੂੰ ਗਿਫਟ ਕਰਨਾ ਹੋਵੇ ਜਾਂ ਵੈਸੇ ਵੀ ਕਈ ਇੱਦਾਂ ਦੇ ਪਾ ਵੀ ਲੈਂਦੇ ਇੰਨੇ ਹਲਕੇ ਡਿਜ਼ਾਈਨ ਬਟ ਇੱਦਾਂ ਵਧੀਆ ਜਿਵੇਂ ਆਪਾਂ ਆਪਣੀ ਮਦਰ ਨੂੰ ਗਿਫਟ ਕਰਨਾ ਉਹਨਾਂ ਲਈ ਇੰਨਾ ਕੁ ਡਿਜ਼ਾਈਨ ਵਧੀਆ ਲੱਗਦਾ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਵੀ ਆਹ ਦੇਖੋ ਇਹਦਾ ਜਿਹੜਾ ਨੈੱਕ ਆ ਅਸੀਂ ਇੱਦਾਂ ਪੈਚ ਲਗਾ ਕੇ ਨੈੱਕ ਬਣਾਇਆ ਹੋਇਆ ਪੈਚ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਇਹਦੇ ਵਿੱਚ ਦਬਕਾ ਵੀ ਯੂਜ਼ ਹੋਇਆ ਹੋਇਆ ਸਿੱਪੀਆਂ ਵੀ ਯੂਜ਼ ਹੋਈਆਂ ਇਹ ਇਹਦਾ ਨੈੱਕ ਬਣਿਆ ਹੋਇਆ ਆ ਅਤੇ ਜਿਹੜੀ ਜਿਹੜੀ ਬਣੀ ਹੋਈ ਆ ਦੇਖੋ ਸ਼ਰਟ ਸ਼ਰਟ ਦੇ ਵਿੱਚ ਇੱਦਾਂ ਸਿੱਪੀਆਂ ਪਾਈਆਂ ਹੋਈਆਂ ਨੇ ਅਸੀਂ ਜਿਹੜੀਆਂ ਕਿ ਬਹੁਤ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਨੇ ਅਤੇ ਜਿਹੜਾ ਇਹਦਾ ਘੇਰਾ ਹੈ ਜੀ ਘੇਰਾ ਇਹਦਾ ਅਸੀਂ ਇੱਦਾਂ ਡਿਜ਼ਾਈਨ ਕੀਤਾ ਹੋਇਆ ਘੇਰੇ ਦਾ ਡਿਜ਼ਾਈਨ ਵੀ ਇੱਦਾਂ ਹੀ ਅਸੀਂ ਪੈਚ ਦੇ ਨਾਲ ਜਿਹੜਾ ਟਿਸ਼ੂ ਆ ਟਿਸ਼ੂ ਬੇਸ ਦਾ ਜਿਹੜਾ ਪੈਚ ਹੁੰਦਾ ਉਹ ਲਗਾ ਕੇ ਫਿਰ ਅਸੀਂ ਉਹਦੇ 'ਤੇ ਵਰਕ ਕੀਤਾ ਹੋਇਆ ਅਤੇ ਸਿੱਪੀਆਂ ਦੇ ਨਾਲ ਉਹਨੂੰ ਜੋੜਿਆ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਲੱਗਦਾ ਅਤੇ ਇਹ ਚੈਰੀ ਸ਼ੇਡ ਆ ਅਤੇ ਜਿਹੜੀ ਲੈਸ ਦਿੱਤੀ ਹੋਈ ਅਸੀਂ ਇੱਦਾਂ ਦਿੱਤੀ ਹੋਈ ਆ ਗੋਲਡਨ ਟੱਚ ਦੇ ਵਿੱਚ ਆਹ ਦੇਖੋ ਇੱਦਾਂ ਲੈਸ ਹੈ ਪਾਈਪਿੰਗ ਵੀ ਦੇ ਸਕਦੇ ਫਿਨਿਸ਼ਿੰਗ ਪੱਟੀ ਵੀ ਦੇ ਸਕਦੇ ਬਟ ਸਾਨੂੰ ਲੈਸ ਜ਼ਿਆਦਾ ਵਧੀਆ ਲੱਗੀ ਕਿ ਥੋੜ੍ਹਾ ਜਿਹਾ ਹੋਰ ਹੈਵੀ ਲੁੱਕ ਦੇ ਵਿੱਚ ਇਹ ਹੋ ਜੂਗਾ ਅਤੇ ਇਹਦਾ ਨੈੱਕ 'ਤੇ ਆਹ ਦੇਖੋ ਇਹਦੀਆਂ ਬਾਜੂ ਵੀ ਇੱਦਾਂ ਹੀ ਬਣੀਆਂ ਹੋਈਆਂ ਬਹੁਤ ਪਿਆਰੀਆਂ ਲੱਗਦੀਆਂ ਜੀ ਬਾਜੂ ਵੀ ਇੱਦਾਂ ਹੀ ਬਣੀਆਂ ਹੋਈਆਂ ਦੇਖੋ ਇੱਦਾਂ ਹੀ ਬਾਜੂ ਦੇ ਉੱਤੇ ਅਤੇ ਮੂਹਰੇ ਮੂਹਰੇ ਅਸੀਂ ਇੱਦਾਂ ਲੈਸ ਦੇ ਤੀ ਜਿਹੜੀ
नैक नहीं है बट घेरा बैक पर भी है क्योंकि अजकल फ्रंट बैक घेरा बहुत ट्रेंड के देखो ये बैक पर भी जो घेरा वर्क होया हुआ है जो कि बहुत ज़्यादा सोहना लग रहा है सिंपल तो सोबर डिजाइन है जी चैरी शेड नैचुरल क्रेप के उत्ते बनया हुआ है तुम भी जे एज इट इज़ बना चाहो तो तुम बनवा सकते हो लाइट जहा पीस है हैंडवर्क के नाल जी बॉटम है यदि बॉटम के उत्ते कोई वर्क नहीं किया बिल्कुल स्ट्रेट है तो ये असी लैस जरूर लगाई हुई है जी कि सोहनी लगती है सिंपल बॉटम के नालों इस तो बैटर होंगे कि तुम पाइपिंग ज कोई भी अपनी फिनिशिंग पट्टी या लैस वगैरह इदा दे दोगे तो इदू भी ज़्यादा सोहनी लगती है तो जोड़ा दुपट्टा रेडी होया हुआ है दुपट्टा यदा चमाउन के रेडी होया नहीं ये दुपट्टे से भी असं उही सेम लैस लगाई है मैं ओपन नहीं करूँगी क्योंकि ये कोई वर्क नहीं होया हुआ कुछ भी नहीं सिंपल दुपट्टा आ टाइड आए असं इसलिए नहीं किया है क्योंकि एलीगेंट लुक लेनी हो टाइड आए हुआ वह फिर यहोजी चीज़ ना नहीं वधिया लगता जो आप कुछ होर चीज़ ना वो ऐड करिए गोल्डन ही सी इस करके असं सिंगल दुपट्टा रखिया तो यही लैस लगाई है तो तुम भी इस सेम चीज़ में जो डिजाइन करवाना चाहते हो स्क्रीनशॉट करके यदा भी प्राइस जान सकते हो तो तुम इदा की चीज़ डिजाइन भी करवा सकते नैक्स सूट है जी नैक्स है डीप रस्ट कलर नहीं है तो ऑरेंज शेप के है रस्ट कलर ही है मीनस जिमें आप मस्टर्ड या कलर ज रस्ट कह लें बट ये ऑरेंज शेड के जिमें पहला जरा सूट बनाया से जो पूरा डीप रस्ट से बिल्कुल ब्लैकिश के जोड़ा हों असी थोड़ा जहा ऑरेंज लुक ली है जी तो ये सेम डिजाइन बनया जी बट हरेक चीज़ ना जो आप किसी अलग कलर से कराने तो वो जी फिनिशिंग आ अलग ही आती है मीन सेम कदे भी नहीं आती होंगी वो पूरा ब्लैकिश कलर से यह कलर हैगा ऑरेंज ये थोड़ा जहा खिड़मा जहा कलर है वह भी देखो सिप्पियां असी लगाई हुई शर्ट के उपर उपर तो जोड़ा इतने किया हुआ जी अभी ये एक ही चेंज किया है पहला असं ये वाइट पर्ल्स पाए हुए थे वाइट पर्ल्स के नाल असी डिजाइन किया हुआ सी दबका वगैरह सब कुछ सेम से बट हुण असी सारा गोल्डन टच किया बिकॉज कस्टमर की डिमांड से सारे गोल्डन टच के रेडी होया जिहड़ा कि उतों भी ज़्यादा सोहना लग रहा वाइट नाल थोड़ी जो अलग दिख दे रहा सी जदों पूरा गोल्डन हो गया तो बहुत ज़्यादा सोहना लगता तो ये दबका वगैरह यूज़ होया हुआ सिप्पियां यूज़ हुई हैं जी तो आसी कटदाना वगैरह थोड़ा मोटा यूज़ किया हुआ है जो कि बहुत ज़्यादा प्यारा लग रहा है तो उपर जी शर्ट है प्लेन है बस सिप्पियां के नाल ही डिजाइन हुई हुई है तो जी बाजू ने बाजू हैवी ने बाजू के नाल का वो डिजाइन नहीं है देखो बाजू यदिया इदा बनिया हुई बहुत सोहनिया लगदियाँ जी बाजू भी इदा बनिया हुई टोटली हैंडवर्क के नाल है जी ये असी मशीन नहीं कुछ भी यूज़ किया हुआ बाजू तो आह वाला डिजाइन बनया हुआ जो कि बहुत ज़्यादा सोहना लगता है तो तुम भी ये सेम डिजाइन जो सलवार से करवाना चाहते हो करवा सकते हो बट उन्होंने साडे वाला ही जो असं पहला डिजाइन किया जी उवें बॉटम के उत्ते डिजाइन लिया है आ देखो इदा ही सिप्पियां के नाल इदा उपर न इदा आदि उदो वाइट पर्ल से जी हूँ पूरा गोल्डन टच के बहुत ज़्यादा प्रिटी लग रहा है बहुत सोहना लग रहा है तुम भी इनू सेम जो डिजाइन करवाना चाहते हो कलर तुम अपनी रिश्ता करवा सकते हो जो थोड़ा मन करता है जी जिहड़े कलर के लगता भी ये कलर ज़्यादा प्यारा है उससे गोल्डन टच इदा सेम करवा सकते हो बाकी ये हैंडवर्क के नाल होया हुआ है तो जो स्टफ यूज किया स्टफ है नैचुरल क्रेप नैचुरल क्रेप यूज किया तो दुपट्टा है ऑर्गेंजा तो दुपट्टे से असी सेम उ इदा जी करली लैस है अजकल काफ़ी ट्रेंड के वो यूज़ की हुई है तो जड़िया सिंगल सिंगल असी जी लाइनस उदा ही कीतियां हुई मैं ओपन करके दिखा दिनी हाँ जिमें सेम असी वाला सूट डिजाइन किया सेम डिजाइन किया देखो बहुत जरा प्यारा लग रहा है सिंगल एक टेंके वाली लैस लगा के आसे पास असी जरा जो इदा गोटा करली वाला हों यूज़ किया तुम भी इदा का सेम जो सूट डिजाइन करवाना चाहते हो किसी भी कलर के नैचुरल क्रेप के उत्ते जॉर्जेट के उत्ते किसी भी स्टफ से तो तुम सेम डिजाइन करवा सकते हो बाकी प्लीज स्क्रीनशॉट करके प्राइस पूछ लिया करो जी साडा व्हाट्सएप नंबर ऑलवेज स्क्रीन के उत्ते पिन हों उत्ते जाके साडा नंबर पिक कर सकते हो तो यदा भी जो प्राइज़ है सानू व्हाट्सएप कर सकते हो असं तुम्हें प्राइस भी दस देंगे जो तुम कुछ चेंज करवाना तो वह भी करवा सकते हो। हाँ जी जो इस वीडियो का लास्ट सूट है जी लास्ट सूट है ब्रासो वेलवेट के नाल बहुत डिफरेंट जो प्यारा जहा पीस बनया हुआ है यूनीक जहाँ असं दुपट्टा वगैरह भी रेडी किया जो तुम दुपट्टा भी रेडी करवाना चाहो तो तुम प्लीज़ करवा सकते हो जो तुम एज इट इज़ इदा ही लैना है तो इदा ही लै सकते हो मैं तुम्हें पहले ही दस दें साडे कोल लास्ट पीस है साडे कोल वाला पीस ब्रासो वेलवेट का नहीं है इस करके जी लास्ट पीस है तो तुम इदा ही जोड़ा हैगा है तुम ये इदा ही बाय कर सकते हो बिकॉज हूँ इन्हों का ट्रेंड तो हैगा जी बट सीजन गया इस करके साढ़े को लास्ट ही पीस है असी उन्होंने डिजाइन किया हुआ आ जरा शर्ट का पीस है देखो इदा बनया हुआ बहुत ज़्यादा सोहना लगता आ है
ਇਹਦੀ ਸ਼ਰਟ ਜੀ ਪਲੇਨ ਹੈ ਇਹਦੀ ਸ਼ਰਟ ਤੁਸੀਂ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਪੋਰਲੀ ਬਟਨਸ ਦੇ ਨਾਲ ਜਾਂ ਤੁਸੀਂ ਕੋਈ ਪਾਈਪਿੰਗ ਵਗੈਰਾ ਲਗਵਾ ਸਕਦੇ ਹੋ ਹਨਾ ਕਿਉਂਕਿ ਸ਼ਰਟ ਆਲਰੇਡੀ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਹੈ ਬਰਾਸੋ ਵੈਲਵਟਾ ਦੇ ਉੱਪਰ ਤੁਹਾਨੂੰ ਕੋਲੇ ਵੀਡੀਓ ਕਰਾਉਣੀ ਹੈ ਆਲਰੇਡੀ ਇੱਦਾਂ ਲੱਗਦਾ ਜਿੱਦਾਂ ਵਰਕ ਹੋਈ ਹੋਵੇ ਸੋ ਇਹਨੂੰ ਡਿਜ਼ਾਈਨ ਕਰਨ ਨਾਲੋਂ ਬੈਟਰ ਹੈ ਕਿ ਅਸੀਂ ਇਹਦੇ ਨਾਲ ਪਲੇਨ ਜਿਹੜੀ ਬੋਟਮ ਆ ਉਹ ਲਗਾ ਕੇ ਉਹ ਡਿਜ਼ਾਈਨ ਕੀਤੀ ਹੋਈ ਹੈ ਅਤੇ ਜਿਹੜੀ ਇਹਦੀ ਬੋਟਮ ਹੈ ਜੀ ਇਹਦੀ ਬੋਟਮ ਅਸੀਂ ਇਹਦੇ ਨਾਲ ਡਾਰਕ ਲਾਈਕ ਪੀਚ ਜਿਹਾ ਕਲਰ ਆ ਡਾਰਕ ਪੀਚ ਹੀ ਆ ਹਾਂਜੀ ਉਹ ਵਾਲਾ ਅਸੀਂ ਇਹਦੇ ਨਾਲ ਡਿਜ਼ਾਈਨ ਕੀਤਾ ਹੋਇਆ ਅਤੇ ਆਹ ਇਹਦੀ ਪਲੇਨ ਬੋਟਮ ਹੈ ਅਤੇ ਜਿਹਦੇ ਉੱਤੇ ਅਸੀਂ ਇੱਦਾਂ ਵਰਕ ਕੀਤਾ ਹੋਇਆ ਇਹ ਬੋਟਮ 'ਤੇ ਵਰਕ ਹੈ ਜੀ ਸਲਵਾ ਇਹਦੇ 'ਤੇ ਕਰਵਾਉਣ ਨਾਲੋਂ ਬੈਟਰ ਹੈ ਜੀ ਬੋਟਮ 'ਤੇ ਕੀਤਾ ਕਿਉਂਕਿ ਇਹਦੇ 'ਤੇ ਇੰਨੀ ਲੁੱਕ ਨਹੀਂ ਆਉਣੀ ਹਾਂ ਇੱਕ ਚੀਜ਼ ਜ਼ਰੂਰ ਹੋ ਸਕਦੀ ਹੈ ਉਹ ਮੈਂ ਤੁਹਾਨੂੰ ਆਈਡੀਆ ਦੇ ਦਿੰਦੀ ਹਾਂ ਜਦੋਂ ਅਸੀਂ ਸਟਿਚਿੰਗ ਕਰਾਂਗੇ ਉਦੋਂ ਕਰ ਸਕਦੇ ਹਾਂ ਜੇ ਇਹਦੇ ਵਿੱਚੋਂ ਕਟਿੰਗ ਵੱਜਦੀ ਹੈ ਜੀ ਬੋਟਮ 'ਚੋਂ ਜਿਵੇਂ ਵੱਜ ਜਾਂਦੀ ਹੈ ਜਿਵੇਂ ਇੰਨੀ ਇੰਨੀ ਕੁ ਆਪਾਂ ਬਾਹਾਂ ਦੇ ਅੱਗੇ ਨਹੀਂ ਲਗਵਾ ਲੈਂਦੇ ਜਿਵੇਂ ਆਹ ਕਰਕੇ ਆਪਾਂ ਇਹਨੂੰ ਇੰਨੀ ਕੁ ਬਾਹਾਂ ਦੇ ਅੱਗੇ ਇੱਦਾਂ ਲਗਵਾ ਲਈਏ ਇਹ ਆਹ ਚੀਜ਼ ਇੱਦਾਂ ਤੁਸੀਂ ਲਗਵਾ ਸਕਦੇ ਹੋ ਇਹਦੇ ਨਾਲ ਇਹ ਹੋਰ ਵੀ ਜ਼ਿਆਦਾ ਸੋਹਣਾ ਲੱਗੂਗਾ ਇੰਨਾ ਇੰਨਾ ਕੁ ਜਿਵੇਂ ਜਦੋਂ ਸਟਿਚਿੰਗ ਹੋਊਗੀ ਇੰਨੀ ਕਰਕੇ ਤੁਸੀਂ ਬਾਹਾਂ 'ਤੇ ਲਗਵਾ ਸਕਦੇ ਹੋ ਗਲੇ 'ਤੇ ਲਗਵਾਉਣਾ ਚਾਹੋ ਉਹ ਲਗਵਾ ਸਕਦੇ ਹੋ ਬਾਕੀ ਪਾਈਪਿੰਗ ਵਗੈਰਾ ਅੱਜ ਕੱਲ੍ਹ ਤਾਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਅਤੇ ਤੁਸੀਂ ਕਰਵਾ ਸਕਦੇ ਹੋ ਮਸ਼ੀਨ ਵਰਕ ਦਾ ਅਸੀਂ ਨੀਚੇ ਜਿਹੜਾ ਬੋਟਮ ਬਣਾਈ ਹੋਈ ਹੈ ਅਤੇ ਇਹ ਨੈਚੁਰਲ ਕਰੇਵ ਹੈ ਜੀ ਇਹਦੇ ਨਾਲ ਜਿਹੜੀ ਬੋਟਮ ਹੈ ਅਤੇ ਇਹ ਹੈਗਾ ਬਰਾਸੋ ਵੈਲਵਟ ਮੈਂ ਫਿਰ ਕਹਿੰਦੀ ਹਾਂ ਸਾਡੇ ਕੋਲ ਲਾਸਟ ਪੀਸ ਹੈ ਇਸ ਤੋਂ ਬਾਅਦ ਸਾਡੇ ਕੋਲ ਇਹਦੇ ਨਾਲ ਦਾ ਕੋਈ ਹੋਰ ਪੀਸ ਨਹੀਂ ਹੈਗਾ ਸੋ ਤੁਸੀਂ ਇਹ ਇੱਦਾਂ ਹੀ ਬਾਏ ਕਰ ਸਕਦੇ ਹੋ ਦੁਪੱਟਾ ਤੁਸੀਂ ਔਨ ਆਰਡਰ 'ਤੇ ਰੈਡੀ ਕਰਵਾ ਸਕਦੇ ਹੋ ਜੇ ਕਰਵਾਉਣਾ ਚਾਹੋ ਤਾਂ ਤੁਸੀਂ ਇਹਦਾ ਵੀ ਜਿਹੜਾ ਪ੍ਰਾਈਜ਼ ਆ ਜਾਣ ਸਕਦੇ ਹੋ ਜੀ ਹਾਂਜੀ ਸਾਡੇ ਕੋਲ ਕੁਛ ਹੋਰ ਇੱਦਾਂ ਦਾ ਪ੍ਰਿੰਟ ਜਿਵੇਂ ਜੋਰਜਟ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਪ੍ਰਿੰਟ ਹੈ ਅਤੇ ਤੁਸੀਂ ਸੇਮ ਪਲੇਨ ਦੇ ਨਾਲ ਡਿਜ਼ਾਈਨ ਇੱਦਾਂ ਕਰਵਾਉਣਾ ਚਾਹੁੰਦੇ ਹੋ ਉਹ ਅਸੀਂ ਕਰਵਾ ਕੇ ਦੇ ਸਕਦੇ ਹਾਂ ਬਟ ਬਰਾਸੋ ਵੈਲਵਟ ਦਾ ਸਾਡੇ ਕੋਲ ਲਾਸਟ ਪੀਸ ਹੈ ਸੋ ਤੁਸੀਂ ਇਹ ਐਜ਼ ਇਟ ਇਜ਼ ਇੱਦਾਂ ਹੀ ਬਾਏ ਕਰ ਸਕਦੇ ਹੋ ਜੀ ਅਤੇ ਇਹਦਾ ਵੀ ਜਿਹੜਾ ਪ੍ਰਾਈਜ਼ ਹੈ ਤੁਸੀਂ ਸਕਰੀਨਸ਼ਾਟ ਕਰਕੇ ਪ੍ਰਾਈਜ਼ ਵੀ ਜਾਣ ਸਕਦੇ ਹੋ ਅਤੇ ਜੇ ਬਾਏ ਕਰਨਾ ਚਾਹੋ ਹਾਂਜੀ ਇਹ ਸੀਗੇ 4 ਸੂਟ ਜਿਹੜੇ ਮੈਂ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਏ ਨੇ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਚੰਗੇ ਲੱਗੇ ਹੋਣਗੇ ਚੰਗੇ ਲੱਗੇ ਤਾਂ ਪਲੀਜ਼ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਐਂਡ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗਦੀਆਂ ਨੇ ਸਤਿ ਸ਼੍ਰੀ ਅਕਾਲ